ਤੁਸੀਂ ਦੁਬਈ ਵਾਲੇ ਸ਼ੇਖਾਂ ਦੀਆਂ ਵੀਡੀਓ ਤਾਂ ਬਹੁਤ ਦੇਖੀਆਂ ਹੋਣਗੀਆਂ ਕਿ ਬਹੁਤ ਖਰਚਾ ਕਰਦੇ ਨੇ ਔਰ ਉਹਨਾਂ ਨੂੰ ਲੋਕ ਜਾਣਦੇ ਪਛਾਣਦੇ ਵੀ ਆ। ਐਸਾ ਹੀ ਤੁਹਾਨੂੰ ਦੁਬਈ ਦਾ ਨੌਜਵਾਨ ਦਿਖਾਵਾਂਗੇ। ਇਹ ਸ਼ੇਖ ਤਾਂ ਨਹੀਂ ਪੰਜਾਬੀ ਆ, ਪਰ ਚਰਚੇ ਇਹਦੇ ਵੀ ਦੂਰ ਦੂਰ ਤੱਕ ਆ। ਚੰਗੀ ਗੱਲ ਦੇ ਚਰਚੇ ਨੇ ਕਿਉਂਕਿ ਇਸ ਵੀਰ ਦਾ ਕਾਰੋਬਾਰ ਦੁਬਈ ਦੇ ਵਿੱਚ ਟਰਾਂਸਪੋਰਟ ਦਾ ਹੈ ਔਰ ਨਿਰੰਤਰ ਪੰਜਾਬ ਆ ਕੇ ਸੇਵਾ ਕਰ ਰਿਹਾ ਔਰ ਕਾਰੋਬਾਰ ਜਿਹੜਾ ਹੈ ਸੱਜਣਾ ਮਿੱਤਰਾਂ ਦੇ ਆਸਰੇ ਛੱਡਤਾ। ਗੱਲਬਾਤ ਕਰ ਲਾਂਗੇ ਲਾਡੀ ਵੀਰ ਨਾਲ। ਲਾਡੀ ਕਹਿੰਦੇ ਦੁਬਈ ਵਾਲਿਆਂ ਦੇ ਤਾਂ ਵੈਸੇ ਸ਼ੇਖਾਂ ਦੇ ਬੜੇ ਚਰਚੇ, ਤਾਂ ਤੁਸੀਂ ਵੀ ਦੁਬਈ ਤੋਂ ਬਾਅਦ ਚਰਚੇ ਤੁਹਾਡੇ ਵੀ ਹੋ ਗਏ? ਖਾਲਸਾ ਜੀ, ਦੁਬਈ ਨੇ ਬਹੁਤ ਕੁਝ ਦਿੱਤਾ ਜੀ, ਬੜੀ ਰੋਜ਼ੀ ਰੋਟੀ ਦਿੱਤੀ ਹੈ ਜੀ। ਅਮਰੀਕਾ ਕੈਨੇਡਾ ਸਾਨੂੰ ਰਾਸ ਨਹੀਂ ਹੈ, ਸਾਨੂੰ ਦੁਬਈ ਬਹੁਤ ਆ। ਜਦੋਂ ਦੁਬਈ ਨੇ ਕਾਰੋਬਾਰ ਦਿੱਤਾ ਜੀ, ਜਦੋਂ ਗਏ ਸੀਗੇ ਕੁਛ ਨਹੀਂ ਸੀਗੇ ਪੱਲੇ, ਠੀਕ ਆ ਜੀ। ਜਦੋਂ ਹੁਣ ਆਏ ਹਾਂ ਵਾਪਸ, ਬਹੁਤ ਕੁਛ ਆ, ਕਾਰੋਬਾਰ ਵਧੀਆ ਸੈੱਟ ਆ, ਸਾਰਾ ਕੁਝ ਪਰਮਾਤਮਾ ਸਭ ਕੁਝ ਦੁਬਈ ਨੇ ਦਿੱਤਾ ਜੀ। ਕਾਰੋਬਾਰ ਕੀ ਆ? ਮੇਰਾ ਟਰਾਂਸਪੋਰਟ ਦਾ ਕਾਰੋਬਾਰ ਹੈ ਖਾਲਸਾ ਜੀ। ਜਿਹੜੇ ਟਰਾਲੇ ਟਰੂਲੇ ਚੱਲਦੇ? ਟਰਾਲੇ ਚੱਲਦੇ। ਅਤੇ ਫਿਰ ਉੱਥੇ ਕੌਣ ਚਲਾਉਂਦਾ ਟਰਾਲੇ ਜਾਂ ਕੌਣ ਹਿਸਾਬ ਲੈਂਦਾ? ਮੇਰਾ ਰਿਸ਼ਤੇਦਾਰ ਜੀ ਉੱਥੇ ਰਿਲੇਟਿਵ ਹੈਗੇ ਆ ਜੀ, ਡੇਲੀ ਹਿਸਾਬ ਆ ਜਾਂਦਾ ਜੀ। ਹਾਂਜੀ, ਆਪ ਕਿੰਨੇ ਸਮੇਂ ਬਾਅਦ ਜਾਂਦੇ? ਮੈਂ 3 ਕੁ ਮਹੀਨੇ ਬਾਅਦ ਚੱਕਰ ਮਾਰਦਾ ਜੀ, ਦੱਕ ਦਿੰਦਾ ਜੀ। ਹਾਂਜੀ, ਸੇਵਾ ਕਰਕੇ ਨਹੀਂ ਜਾ ਹੁੰਦਾ ਜੀ ਜ਼ਿਆਦਾ। ਹੁਣ ਕਦੋਂ ਦੀ ਚੁੱਕੀ ਦੀ ਹੈ ਸੇਵਾ? 4th ਮਹੀਨਾ ਚੱਲ ਪਿਆ ਜੀ। ਹਾਂਜੀ, ਲੰਗਰ ਚੱਲਦੇ ਨੇ, ਉੱਦਾਂ 2 ਵਾਰ ਸਾਦੀ ਸੇਵਾ ਕਰਦਾ ਜੀ ਮੈਂ, ਉਹ ਦੂਜੀਆਂ ਸੰਸਥਾ ਨਾਲ ਜੁੜਿਆ ਸੀਗਾ ਜੀ। ਲੰਗਰ ਦਾ ਕਨਸੈਪਟ ਕਿਉਂ ਦਿਮਾਗ 'ਚ ਲਿਆਂਦਾ ਅਤੇ ਸਿਵਲ ਹਸਪਤਾਲ ਹੀ ਕਿਉਂ ਚੁਣਿਆ? ਲੰਗਰ ਦਾ ਇਸ ਕਰਕੇ ਜੀ ਖਾਲਸਾ ਜੀ, ਮੈਂ ਦੇਖਦਾ ਵਾਂ ਕਿ ਦੁਪਹਿਰ ਨੂੰ, ਅੱਜ ਕੱਲ੍ਹ ਗਰਮੀਆਂ ਦਾ ਟਾਈਮ ਹੈ, ਇੱਕ ਤਾਂ ਮਾੜਾ ਮਾੜਾ ਰਿਕਸ਼ੇ ਵਾਲਾ, ਆਟੋ ਵਾਲਾ ਜਾਂ ਕੋਈ ਦਿਹਾੜੀਦਾਰ ਸਬਜ਼ੀ ਲੈ ਕੇ ਆਉਂਦਾ ਨਾ, ਦੁਪਹਿਰ ਤੱਕ ਤਾਂ ਉੱਦਾਂ ਹੀ ਖਰਾਬ ਹੋ ਜਾਂਦੀ ਹੈ। ਸਿਵਲ ਹੋਸਪਿਟਲ ਗਿਆ ਜੀ ਖਾਲਸਾ ਜੀ, ਉੱਥੇ ਵੀ ਇੱਦਾਂ ਦੇ ਪਰਿਵਾਰ ਫੈਮਿਲੀਜ਼ ਹੈਗੀ ਆ, ਜਿਹੜੀ ਪੂਰੀ ਪੂਰੀ ਫੈਮਿਲੀ ਹੋਸਪਿਟਲ ਆ, ਰੋਟੀ ਲਿਆਉਣ ਨੂੰ ਪਿੱਛੇ ਨਹੀਂ ਕੋਈ, ਤਰਸ ਦੇਖੇ ਆ ਜੀ ਮੈਂ, ਤਰਸ ਦੇ ਬੰਦੇ, ਉਹਨਾਂ ਨੂੰ ਮੈਂ ਰੋਟੀ ਉਦੋਂ ਹੋਟਲ ਤੋਂ ਦਿੰਦਾ ਰਿਹਾ। ਫਿਰ ਸੋਚ ਆਈ ਕਿ ਮੈਂ ਆਪਣਾ ਕਿਉਂ ਨਾ ਲੰਗਰ ਸ਼ੁਰੂ ਕਰ ਲਾਂ, ਵੀ ਬਾਬੇ ਨਾਨਕ ਦਾ ਲੰਗਰ ਚੱਲਦਾ ਜੀ, 4th ਮਹੀਨਾ ਉਹ ਚੱਲਾ, 4th। ਕਦੋਂ ਤੱਕ ਚਲਾਉਣ ਦਾ ਟੀਚਾ? ਖਾਲਸਾ ਜੀ, ਮੇਰੀ ਆਸ ਤਾਂ ਹੈ ਕਿ ਜਿੰਨ ਤੱਕ ਮਰਦਾ ਨਹੀਂ, ਜਦੋਂ ਅੱਖਾਂ ਵਾਹਿਗੁਰੂ ਨੇ ਬੰਦ ਕਰ ਲਈਆਂ, ਉਹ ਤੋਂ ਬਾਅਦ ਬੇਟਾ ਕਰੇਗਾ ਤਾਂ ਬਹੁਤ ਵਧੀਆ ਗੱਲ ਆ ਜੀ, ਮੇਰੀ ਤਾਂ ਆਸ ਆ। ਲੰਗਰ ਤੋਂ ਇਲਾਵਾ ਵੀ ਸੇਵਾ ਕਰਦੇ ਹੋ? ਲੰਗਰ ਤੋਂ ਇਲਾਵਾ ਜੀ, ਆਪਾਂ ਗਰੀਬ ਕੁੜੀਆਂ ਦੇ ਵਿਆਹ ਕਰਦੇ ਹਾਂ ਜੀ, ਰਾਸ਼ਨ ਦਿੰਦੇ ਹਾਂ ਗਰੀਬ ਪਰਿਵਾਰਾਂ ਨੂੰ, ਔਰ ਜ਼ਿਆਦਾ ਮੈਡੀਕਲ ਜਿਹੜੇ ਇਲਾਜ ਨਹੀਂ ਕਰ ਪਾ ਰਹੇ, ਗਲੇ ਸੜੇ ਆ ਵਿਚਾਰੇ ਘਰੇ, ਠੀਕ ਆ ਜੀ, ਜਿਨ੍ਹਾਂ ਦੇ ਹੱਥ ਪੈਰ ਟੇਢੇ ਹੋ ਗਏ ਆ, ਡਾਕਟਰ ਨਹੀਂ ਮੁਹੱਈਆ ਕਰਾ ਪਾ ਰਹੇ, ਜ਼ਿਆਦਾ ਮੈਡੀਕਲ 'ਤੇ ਜ਼ੋਰ ਆ ਮੇਰਾ ਜੀ। ਜਿਹੜੇ ਕਈ ਹੋਸਪਿਟਲਾਂ 'ਚ ਪਏ ਆ, ਟੀਕਾ ਲਵਾਉਣ ਨੂੰ ਪੈਸੇ ਨੇ, ਦਵਾਈ ਲੈਣ ਨੂੰ ਪੈਸੇ ਨੇ, ਮੈਂ ਉਹਨਾਂ ਦੀ ਦਵਾਈ, ਟੀਕਾ, ਆਪਰੇਸ਼ਨ, ਘਰੇ ਸੇਵਾ ਇਹ ਕਰਦਾ ਜੀ ਮੈਂ। ਜਦੋਂ ਫਿਰ ਇਹ ਸੇਵਾ ਕਰਦੇ ਹੋ ਤਾਂ ਫਿਰ ਸੋਸ਼ਲ ਮੀਡੀਆ 'ਤੇ ਵੀ ਐਕਟਿਵ ਹੋਵੋਗੇ, ਔਰ ਜੇ ਸੋਸ਼ਲ ਮੀਡੀਆ 'ਤੇ ਐਕਟਿਵ ਹੋ, ਖੁਦ ਦੁਬਈ 'ਚ ਤੁਹਾਡਾ ਕਾਰੋਬਾਰ ਆ, ਫਿਰ ਦੁਬਈ ਤੋਂ ਜ਼ਿਆਦਾ ਦਰਾਮ ਆਉਂਦੇ ਕਿ ਜਾਂ US ਤੋਂ ਕੈਨੇਡਾ ਤੋਂ ਡਾਲਰ ਆਉਂਦੇ? ਖਾਲਸਾ ਜੀ, ਨਾ ਮੈਨੂੰ ਦਰਾਮ ਆਉਂਦੇ ਆ, ਦਰਾਮ ਮੈਨੂੰ ਉਹੀ ਆਉਂਦੇ ਜਿਹੜੇ ਮੇਰੇ ਆਉਂਦੇ ਆ, ਅਤੇ ਨਾ ਮੈਨੂੰ ਡਾਲਰ ਆਉਂਦੇ ਆ, ਅਤੇ ਨਾ ਮੈਂ ਡਾਲਰ ਲੈਣਾ। ਕਾਰਨ? ਨਹੀਂ ਖਾਲਸਾ ਜੀ, ਮੈਂ ਜਿੱਦਣ ਇਹ ਸੰਸਥਾ ਬਣਾਈ ਸੀ ਨਾ, ਉਦਣ ਤੋਂ ਮੈਂ ਪ੍ਰਣ ਕੀਤਾ ਕਿ ਮੈਂ ਰੁਪਈਆ ਨਹੀਂ ਲੈਣਾ ਕਿਸੇ ਤੋਂ, ਵਾਹਿਗੁਰੂ ਜਿੰਨੀ ਮੈਨੂੰ ਹਿੰਮਤ ਬਖਸ਼ਦਾ ਮੈਂ ਉਨਾ ਕਰਦਾ, ਮੈਂ ਰੁਪਈਆ ਨਹੀਂ ਲੈਣਾ ਕਿਸੇ ਤੋਂ, ਮੈਂ ਉਹਨਾਂ ਸੰਸਥਾ ਵਰਗਾ ਨਹੀਂ ਬਣਨਾ ਕਿ ਜਿਹੜੇ ਪੈਸਾ ਇਕੱਠਾ ਕਰਦੇ ਜੀ, ਲੋਕ ਕਹਿੰਦੇ ਆ ਵਿੱਚੋਂ ਕਿ ਸੰਸਥਾ ਪੈਸਾ ਇਕੱਠਾ ਕਰਦੀਆਂ, ਪਰ ਮੈਂ ਇਹ ਕਹਿੰਦਾ ਕਿ ਇਹ ਸੰਸਥਾ 1 ਰੁਪਈਆ ਨਹੀਂ ਲਊਗੀ ਕਿਸੇ ਤੋਂ ਜੀ, 54 ਨਹੀਂ ਲਊਗੀ, ਸਾਡਾ ਕੋਈ ਕੌਣ ਨਹੀਂ, ਆਪਾਂ ਕਿਸੇ ਤੋਂ ਪੈਸਾ ਨਹੀਂ ਮੰਗਦੇ ਜੀ, ਆਪਾਂ ਕਹਿੰਦੇ ਹਾਂ ਸੇਵਾ ਕਰਦੇ ਹਾਂ, ਸੇਵਾ ਕਰੋ ਬਸ। ਸੇਵਾ 'ਚ ਕਿੰਨੇ ਪਰਸੈਂਟ ਪੈਸਾ ਲਾ ਦਿੰਦੇ ਹੋ ਅਤੇ ਪਰਿਵਾਰ ਨੂੰ ਕਿੰਨੇ ਪੈਸੇ ਦਿੰਦੇ ਹੋ? ਖਾਲਸਾ ਜੀ, ਚੱਲੀ ਜਾਂਦਾ ਰੁਜ਼ਗਾਰ, ਵਾਹਿਗੁਰੂ ਦੀ ਕਿਰਪਾ ਕਿ ਰੋਟੀ ਪਾਣੀ ਚੱਲੀ ਜਾਂਦਾ, ਜਿੱਥੇ 200-300 ਬੰਦਾ ਡੇਲੀ ਰੋਟੀ ਖਾਂਦਾ ਉੱਥੇ ਆਪਾਂ 4 GB ਵੀ ਖਾ ਲਈਦੇ ਆ, ਚੱਲਦਾ ਜੀ ਵਧੀਆ, ਤਸੱਲੀ ਮਨ ਨੂੰ, ਮਨ ਨੂੰ ਸਕੂਨ ਆ ਜੀ, ਬਹੁਤ ਸਕੂਨ ਆ। ਜੇ ਤੁਸੀਂ ਕਿਹਾ ਕਿ ਆਪਾਂ ਪੈਸੇ ਇਕੱਠੇ ਨਹੀਂ ਕਰਦੇ, ਪਰ ਕਈ ਸੱਜਣ ਮਿੱਤਰ ਜਾਂ ਰਿਸ਼ਤੇਦਾਰ ਵੀ ਇਹੋ ਜਿਹੇ ਹੁੰਦੇ ਆ ਜਿਹੜੇ ਸੋਚਦੇ ਹੋਣਗੇ ਵੀ ਲਾਡੀ ਹੁਣ ਦੁਬਈ ਘੱਟ ਅਤੇ ਇੰਡੀਆ ਜ਼ਿਆਦਾ ਰਹਿੰਦਾ ਵਾ, ਅਤੇ ਪੈਸੇ ਇਕੱਠੇ 4 ਕਰ ਲਏ। ਸਹੀ ਗੱਲ ਆ ਜੀ, ਲੋਕਾਂ ਦੀ ਸੋਚ ਆ ਸਰ,
ਲੋਕਾਂ ਦੀ ਸੋਚ ਨਹੀਂ ਬਦਲ ਸਕਦੇ ਆਪਾਂ, ਕਿਉਂ ਕੁਛ ਸਾਡੇ ਇਹ ਮਾਹੌਲ ਹੀ ਇੱਦਾਂ ਦਾ ਕਿ ਕੁਛ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਕਿ ਇਹ ਸੰਸਥਾ ਬਣਾ ਲਈ ਹੈ, ਪੈਸੇ ਇਕੱਠੇ ਕਰਨ ਸੰਸਥਾ ਬਣਾਈ ਹੈ, ਕਿਉਂ ਲੋਕ ਸੇਵਾ ਘੱਟ ਕਰਦੇ ਪੈਸਾ ਇਕੱਠਾ ਜ਼ਿਆਦਾ ਕਰਦੇ ਆ, ਪਰ ਸਾਡੀ ਉਹ ਸੋਚ ਹੀ ਹੈ ਨਹੀਂ, ਪੈਸਾ ਇਕੱਠਾ ਕਰਨ ਦੀ ਤਾਂ ਸੋਚ ਹੀ ਹੈ ਨਹੀਂ ਸਾਡੀ, ਕਦੀ ਦਿਮਾਗ 'ਚ ਵੀ ਨਹੀਂ ਸੋਚਿਆ ਕਿਸੇ ਤੋਂ ਰੁਪਈਆ ਲਈਏ, ਜ਼ਿੰਦਗੀ ਇੰਨੀ ਹੋ ਗਈ ਹੈ ਜੀ ਮੇਰੀ। ਦੇਖਿਆ ਕਿ ਬਜ਼ੁਰਗ ਮਾਵਾਂ ਆ ਕੇ ਸਿਰ 'ਤੇ ਹੱਥ ਰੱਖਦੀਆਂ, ਦੁਆਵਾਂ ਦਿੰਦੀਆਂ, ਕੈਸਾ ਖਿਆਲ ਆਉਂਦਾ ਮਨ 'ਚ? ਖਾਲਸਾ ਜੀ, ਖਵਾਹ ਮਾਂ ਹੈ, ਇਹ ਵੀ ਵਿਚਾਰੀ, ਹਾਂਜੀ ਮਾਂ, ਇਹ ਵੀ ਸੇਵਾ ਲੈਣੀ ਆਈ ਹੈ, ਵੇਖ ਲਓ, ਸੇਵਾ ਲੈਣ ਆਈ ਨਾ, ਮੇਰਾ ਪੁੱਤ ਨਹੀਂ ਏਦਾਂ ਹੋ ਗਿਆ। ਬਾਬੇ ਨਾਨਕ ਦੇ ਦਰ ਤੇ ਆਈ ਆ, ਰੋਣਾ ਨੀ, ਇਹ ਬਾਬੇ ਨਾਨਕ ਦਾ ਲੰਗਰ ਆ ਤੇ ਬਾਬੇ ਨਾਨਕ ਦਾ ਉਦਾਰ ਆ, ਇੱਥੇ ਨੀ ਰੋਣਾ ਮੇਰੀ ਮਾਂ ਨੇ, ਵਾਹਿਗੁਰੂ ਭਲਾ ਕਰੂਗਾ, ਠੀਕ ਆ? ਕੋਈ ਗੱਲ ਨੀ, ਬੱਚਿਆਂ ਦਾ ਫੀਸਾਂ ਤੱਕ ਇਹ ਸਾਰਾ ਇਹਨਾਂ ਦਾ ਪਿਓ ਹੈ ਨੀ, ਪਿਓ ਹੈ ਨੀ ਇਹਨਾਂ ਦਾ, ਨਾ ਉਹ ਹੀ ਚਾਰਜ ਰੱਖਣ ਡਈ, ਕੋਈ ਗੱਲ ਨੀ, ਹੈਗਾ ਨਾ, ਮੈਂ ਇਹਨਾਂ ਦਾ ਦਾਦਾ ਵੀ ਪੂਰਾ ਹੋ ਗਿਆ, ਚਲੋ ਮੈਂ ਹੈਗਾ ਮਾਂ, ਮਿਲਦਾ ਮੈਂ, ਤੁਸੀਂ ਟੈਨਸ਼ਨ ਨਾ ਕਰੋ, ਠੀਕ ਆ? ਪੁੱਛਣਾ ਕਿੱਦਾਂ, ਜਦੋਂ ਫਿਰ ਆਹ ਗੱਲ ਆਈ ਆ ਦਿਲ 'ਚ ਤਾਂ ਕਿੱਦਾਂ ਲੱਗਾ? ਖਾਲਸਾ ਜੀ, ਵੇਖੋ ਭੈਣ ਉਹ ਵੀ ਰੋਣ ਡਈ ਹੈ ਨਾ, ਅਤੇ ਆਹ ਮਾਂ ਵੀ ਰੋਂਦੀ ਹੈ, ਇਹ ਰੋਂਦੀਆਂ ਨਹੀਂ ਵੇਖੀਆਂ ਜਾਂਦੀਆਂ ਮੇਰੇ ਤੋਂ, ਜਦੋਂ ਇੱਥੇ ਆਉਂਦੇ ਆ ਨਾ, ਜਦੋਂ ਰੋਂਦੀਆਂ ਇਹ ਮਾਵਾਂ, ਅਥਰੂ ਇਹਨਾਂ ਦੇ ਮੇਰੇ ਕੋਲ ਵੇਖੇ ਨਹੀਂ ਜਾਂਦੇ ਖਾਲਸਾ ਜੀ, ਕੋਈ ਸਹਾਰਾ ਨਹੀਂ ਹੈਗਾ, ਨਾਲੇ ਕੋਈ ਕਿਸੇ ਦਾ ਸਹਾਰਾ ਨਹੀਂ, ਇਹ ਸੰਸਥਾ ਬਣੀਆਂ ਤਾਂ ਹੈਗੀਆਂ, ਅਸੀਂ ਵੀ ਦੁਆ ਕਰਾਂਗੇ ਕਿ ਪਰਮਾਤਮਾ ਤੁਹਾਨੂੰ ਹੋਰ ਸਮਰੱਥ ਦੇਵੇ, ਤਾਕਤ ਦੇਵੇ। ਲਾਡੀ ਆ ਜਿਹੜਾ ਕਿ ਦੁਬਈ ਤੋਂ ਵਾਪਸ ਆਇਆ ਦਾ, ਅੱਜ ਇਸ ਤਰ੍ਹਾਂ ਹੀ ਰੋਜ਼ ਲੋਕ ਆਉਂਦੇ ਨੇ ਆ ਕੇ ਸੇਵਾ ਕਰਾਉਂਦੇ ਨੇ, ਅਤੇ ਇਹ ਵੀਰ ਕਹਿੰਦਾ ਕਿ ਘਰ ਕੁਝ ਬਚੇ ਨਾ ਬਚੇ, ਸੇਵਾ ਜ਼ਰੂਰ ਕਰਨੀ ਆ, ਲੰਗਰ ਜ਼ਰੂਰ ਲਾਉਣੇ ਆ, ਔਰ ਇਸ ਦੇ ਨਾਲ ਨਾਲ ਹੋਰ ਵੀ ਕਿਸੇ ਤਰ੍ਹਾਂ ਦੀ ਸੇਵਾ ਤਾਂ ਆਪਾਂ ਨਿਰੰਤਰ ਜਾਰੀ ਰੱਖਾਂਗੇ। ਕੈਮਰਾਮੈਨ ਮੰਡੀ ਦੇ ਨਾਲ ਨਿਊਜ਼ 18 ਪੰਜਾਬ ਲਈ ਨਿਤਿਨ ਲੂਥਰਾ, ਬਟਾਲਾ।